ਤੰਗਲੀ ਆ ਜੀ ਹਾਂਜੀ ਤੇ ਆ ਅੰਗੀਠੀ ਬਣਾਈ ਆ ਠੀਕ ਹੈ ਜੀ ਹੋਏ ਇੱਕ ਤਾਂ ਸਿਆਲ ਚ ਹੁਣ ਸੇਕਣ ਨੂੰ ਬਹੁਤ ਕੰਮ ਆਉਣੀ ਆ ਹਾਂਜੀ ਇੱਕ ਛੋਟਾ ਬਾਲਣਾ ਆਪਣੇ ਕਾਗਜ਼ ਪੱਤਰ ਪਿਆ ਉਹਦੇ ਵਿੱਚ ਸਿੱਟ ਦਿਓ ਤੇ ਨਾਲੇ ਤਾਂ ਰੋਟੀ ਚਾਹ ਬਣਾ ਲਓ ਨਾਲੇ ਜੀ ਅੱਗੇ ਵੀ ਸਮਾਨ ਲੈ ਜਾਂਦੇ ਹੋ ਬਈ ਹਾਂ ਬਹੁਤ ਵਾਰੀ ਵਧੀਆ ਹੁੰਦਾ ਸਮਾਨ ਬਾਈ ਲੈ ਬਈ ਨਹੀਂ ਨਹੀਂ ਵਰਤ ਮੈਂ ਨਹੀਂ ਤਾਂ ਉੱਥੇ ਰਾਹ ਦੇ ਵਿੱਚ ਵੀ ਵਰਤ ਨਹੀਂ ਤਾਂ ਨੇੜੇ ਹੀ ਮਿਲ ਜਾਂਦੀ ਚੀਜ਼ ਹੈ ਨਾ ਬਾਕੀ ਉਚਾਈ ਫੁੱਲ ਰੱਖੀ ਆ ਗੇਅਰ ਵੱਡਾ ਲੱਗਿਆ ਵਾ ਲੱਗਿਆ ਤਲਵੰਡੀ ਦਾ ਅੱਛਾ ਜੀ ਤਲਵੰਡੀ ਤੋਂ ਗੇਅਰ ਲੈ ਕੇ ਲਾਉਣੇ ਆ ਵਧੀਆ ਭਰੋਸੇਯੋਗ ਬੰਦੇ ਤੋਂ ਜੀ ਤੇ ਇਹ ਸਾਡਾ ਰੀਪਰ ਹੈ ਜਾਂ ਤੁਸੀਂ ਇਹਦੇ ਉੱਤੇ ਪਾਣੀ ਦਾ ਗਲਾਸ ਭਰ ਕੇ ਧਰ ਦਿਓ ਅੱਛਾ ਤੇ ਰੀਪਰ ਨਹੀਂ ਹਿਲੂਗਾ ਰੀਪਰ ਨਹੀਂ ਹਿਲਦਾ ਹਾਂ ਤੇ ਨਾਲ ਟੋਕਾ ਤਿਆਰ ਕੀਤਾ ਜੀ ਜੀ ਇਹ ਨਾਰਮਲ ਟੋਕਾ ਇਹਦੀ ਕੀਮਤ ਆ ਸਾਰੀ 17000 ਰੁਪਿਆ ਮੂਰੇ ਪੁਲੀ ਪੈਣੀ ਇਧਰ ਮੋਟਰ ਲੱਗਣੀ ਮੋਟਰ ਤੋਂ ਬਗੈਰ ਹੁੰਦਾਗਾ ਮੋਟਰ ਤੋਂ ਬਗੈਰ 17000 ਹਾਂਜੀ ਇਹ ਗੱਡੀ ਧੋਣੀ ਆ ਅੱਛਾ ਪਸੂਨ ਮਾਉਣੇ ਆ ਤੇ ਫਰਸ਼ਾਂ ਧੋਣੀਆਂ ਸੀਸੇ ਧੋਣੇ ਆ ਅੱਛਾ ਘੱਟ ਪਾਣੀ ਦੇ ਨਾਲ ਆਪਾਂ ਧੋ ਸਕਦੇ ਆ ਠੀਕ ਹੈ ਜੀ ਬਾਕੀ ਇਹ ਚੀਜ਼ ਬਹੁਤ ਵਧੀਆ ਇਹਦੀ ਪਾਈਪ ਆ ਜਿੰਨੀ ਤੁਹਾਨੂੰ ਲੋੜ ਆ ਉਨੀ ਛੱਡਲ ਸਕਦੇ ਆ ਮੂਰੇ ਬਕਸਾ ਲੱਗ ਜਾਂਦਾ ਇਧਰਲੇ ਸਾਈਡ ਤੇ ਘਾਹ ਬਕਸੇ ਸਿੱਟੀ ਜਾਂਦੀ ਹੈ ਠੀਕ ਆ ਕੰਮ ਵਧੀਆ ਕਰਦੀ ਹੈ ਜੀ ਬਹੁਤ ਵਧੀਆ ਕੰਮ ਜੀ ਸਤਿ ਸ਼੍ਰੀ ਅਕਾਲ ਦੋਸਤੋ ਭਗਤੇ ਭਾਈ ਦੇ ਵਿੱਚ ਖੜੇ ਆ ਜੀ ਇਸ ਟਾਈਮ ਇਹਨਾਂ ਦੀ ਆਪਾਂ ਪਹਿਲਾਂ ਹੀ ਵੀਡੀਓ ਕਰਕੇ ਗਏ ਸੀਗੇ ਮੌਡ ਐਗਰੀ ਇਹਦੇ ਰਿਪੇਅਰ ਵਰਕਸ ਵਾਲਿਆਂ ਦੇ ਨਾ ਜੀ ਸੋ ਆਪਣੇ ਨਾਲ ਬਾਪੂ ਜੀ ਹੈਗੇ ਗੱਲਬਾਤ ਕਰਾਉਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਨਾ ਇੱਕ ਵਾਰ ਆਪਣੇ ਜਿਹੜੇ ਨਵੇਂ ਬੰਦੇ ਜੁੜੇ ਉਹਨਾਂ ਨੂੰ ਦੱਸ ਦਈਏ ਵੀ ਆਪਣਾ ਕਿੰਨਾ ਕੁ ਟਾਈਮ ਤੋਂ ਚੱਲਦਾ ਜੀ ਕੰਮ ਯਾਰ ਕੰਮ ਚੱਲਦੇ ਨੂੰ ਤਾਂ ਸਾਡਾ ਹੋ ਗਿਆ ਜੀ 1993 ਤੋਂ ਚੱਲਦਾ ਇਹ 1993 ਤੋਂ ਹਾਂ ਠੀਕ ਹੈ ਜੀ ਅੱਛਾ ਇੰਨਾ ਪੁਰਾਣਾ ਕੰਮ ਆ ਇੰਨਾ ਪੁਰਾਣਾ ਕੰਮ ਠੀਕ ਆ ਵੀ ਇਹ ਮੋੜ ਐਗਰੀ ਵਰਕਸ ਨਾਂ ਕਿਵੇਂ ਆਪਣਾ ਵੀ ਹੈ ਤਾਂ ਭਗਤੀ ਭਾਈ ਜੰਮੇ ਇਹ ਪਹਿਲਾਂ ਬਜ਼ੁਰਗਾਂ ਨੂੰ ਮੋੜ ਕਹਿ ਕੇ ਬੁਲਾਉਂਦੇ ਸੀ ਵੈਸੇ ਪਿੱਛਾ ਵੀ ਮੋੜਾਂ ਦਾ ਪਹਿਲਾਂ ਤੋਂ ਠੀਕ ਹੈ ਜੀ ਦਾਦਾ ਪਰਦਾਦਾ ਉੱਥੋਂ ਆਏ ਵੇ ਆ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਇੱਥੇ ਕੰਮ ਕਰਨ ਲੱਗੇ ਉਹਦੇ ਨਾਂ ਤੇ ਮਸ਼ਹੂਰ ਸੀ ਕਿਸੇ ਕਰਕੇ ਨਾਂ ਲਾ ਜੀ ਜੀ ਤੇ ਆਹ ਸਮਾਨ ਤਾਂ ਜੀ ਬਣਾਉਂਦੇ ਆ ਨਾ ਘਰੇਲੂ ਰੱਖਣ ਵਾਲੀ A to Z ਤੁਹਾਨੂੰ ਚੀਜ਼ ਇੱਥੋਂ ਮਿਲ ਜੂਗੀ ਬਾਕੀ ਇਧਰਲੇ ਪਾਸੇ ਰੀਪਰ ਵੀ ਬਣਾਉਂਦੇ ਆ ਪਰ ਰੀਪਰਾਂ ਤੋਂ ਸ਼ੁਰੂ ਕਰ ਲੈਨੇ ਪਹਿਲਾਂ ਦੱਸੋ ਆਹ ਦੇਖੋ ਦਬਾਈ ਆ ਲੈ ਕੇ ਜਾ ਰਿਹਾ ਸਮਾਨ ਅੱਛਾ ਬਹੁਤ ਦੂਰੋਂ ਆਇਆ ਇਹ ਕਿੱਥੋਂ ਆਇਆ ਬਾਈ ਛੋਟਾ ਬਾਲਣਾ ਆਪਣੇ ਕਾਗਜ਼ ਪੱਤਰ ਪਿਆ ਉਹਦੇ ਵਿੱਚ ਸਿੱਟ ਦਿਓ ਤੇ ਨਾਲੇ ਤਾਂ ਰੋਟੀ ਚਾਹ ਬਣਾ ਲਓ ਨਾਲੇ ਜੀ ਅੱਗੇ ਵੀ ਸਮਾਨ ਲੈ ਜਾਂਦੇ ਹੋ ਵਧੀਆ ਹੁੰਦਾ ਸਮਾਨ ਬਾਈ ਲੈ ਬਾਈ ਨਹੀਂ ਤਾਂ ਨੇੜੇ ਹੀ ਮਿਲ ਜਾਂਦੀ ਚੀਜ਼ ਹੈ ਨਾ ਤੇ ਇੰਨੀ ਦੂਰੋਂ ਬਈ ਜਦੋਂ ਭਰੋਸਾ ਬਣਿਆ ਹੋਵੇ ਫਿਰ ਬੰਦਾ ਆਉਂਦਾ ਹੀ ਆ ਤੇ ਇਧਰਲੇ ਪਾਸੇ ਰੀਪਰ ਆਈ ਰੀਪਰਾਂ ਦੀ ਗੱਲ ਕਰੀਏ ਬਈ ਕੀ ਸਿਸਟਮ ਇਹ ਰੀਪਰ ਮੈਂ 13-14 ਸਾਲਾਂ ਤੋਂ ਬਣਾ ਰਿਹਾ ਅੱਛਾ ਜੀ ਅੱਜ ਤੱਕ ਆਪਣੀ ਕੋਈ ਵੀ ਰਿਪਲੇਸਮੈਂਟ ਨਹੀਂ ਆਈ ਵੀ ਕੋਈ ਖਰਾਬ ਕਰਕੇ ਕਹਿੰਦਾ ਮੌਲ ਦਾ ਖਰਾਬ ਆ ਜਾਇਆ ਹਨਾ ਤੇ ਬਾਕੀ ਉਚਾਈ ਫੁੱਲ ਰੱਖੀ ਆ ਗੇਅਰ ਵੱਡਾ ਲੱਗਿਆ ਵਾ ਲੱਗਿਆ ਤਲਵੰਡੀ ਦਾ ਅੱਛਾ ਜੀ ਤਲਵੰਡੀ ਤੋਂ ਗੇਅਰ ਲੈ ਕੇ ਲਾਉਣੇ ਆ ਵਧੀਆ ਭਰੋਸੇਯੋਗ ਬੰਦੇ ਤੋਂ ਜੀ ਤੇ ਇਹ ਸਾਡਾ ਰੀਪਰ ਹੈ ਜਾਂ ਤੁਸੀਂ ਇਹਦੇ ਉੱਤੇ ਪਾਣੀ ਦਾ ਗਲਾਸ ਭਰ ਕੇ ਧਰ ਦਿਓ ਅੱਛਾ ਤੇ ਰੀਪਰ ਨਹੀਂ ਹਿਲੂਗਾ ਰੀਪਰ ਨਹੀਂ ਹਿਲਦਾ ਹਾਂ ਤੇ ਨਾ ਟਰੈਕਟਰ ਦਾ ਲੋੜ ਮੰਨੇ ਭੋਰਾ ਵੀ ਕਿਤੇ ਜੀ 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 ਤੇ ਰੀਪਰ ਵੀ ਬਹੁਤ ਨਿੱਗਰ ਆ ਲੋਹਾ ਹੀ ਬਹੁਤ ਨਿੱਗਰ ਲੱਗਿਆ ਹੋਇਆ ਜੀ ਹਾਂਜੀ ਇਹ ਸਭ ਤੋਂ ਵੱਡੀ ਗੱਲ ਆ ਕਿ ਆਪ ਤਿਆਰ ਕਰਦੇ ਆਪ ਤਿਆਰ ਕਰਦੇ ਆ ਤੇ ਹੱਥੀਂ ਬਣਾਉਂਦੇ ਆ ਕੋਈ ਮਸ਼ੀਨਾਂ ਮਸ਼ੂਨਾਂ ਵਾਲਾ ਕੰਮ ਨਹੀਂਗਾ ਸਾਰਾ ਕੁਝ ਹੱਥੀਂ ਕਰਦੇ ਆ ਬਿਲਡਿੰਗ ਨਾਲ ਬਣਾਉਂਦੇ ਆ ਤੇ ਉਧਰਲੇ ਪਾਸੇ ਆ ਜਾਓ ਜੀ ਆਹ ਦਿਖਾ ਦਿਓ ਮੜਾ ਇਹ ਚਾਰਨਾ ਬਣਾਇਆ ਜੀ ਤੂੜੀ ਵਾਲਾ ਤੂੜੀ ਵਾਲਾ ਚਾਰਨਾ ਠੀਕ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਤੂੜੀ ਦੇ ਵਿੱਚ ਫੱਕ ਬਹੁਤ ਆ ਰੇਨ ਬਹੁਤ ਆ ਜੀ ਤੇ ਇਹਨੂੰ ਆਪਾਂ ਜੇ ਬੈੱਡ ਸੈੱਟ ਕੇ ਤੂੜੀ ਇਹਦੇ ਛਾਣਾਂਗੇ ਤਾਂ ਪਸ਼ੂਆਂ ਦੀ ਮਹਿੰਗੇ ਪਸ਼ੂ ਆ ਤੇ ਬਚਤ ਹੋ ਜਾਂਦੀ ਆ ਤੇ ਇਹਦਾ ਕੋਈ ਜ਼ਿਆਦਾ ਕੀਮਤ ਨਹੀਂ 12,500 ਕੀਮਤ ਸਾਢੇ 12,000 ਰੁਪਏ ਦੀ ਸਾਢੇ 12,000 ਦੀ ਮਿੱਤਰੋ ਆਹ ਮਿਲ ਜੂਗੀ ਤੁਹਾਨੂੰ ਤੇ ਆਜੋ ਹੁਣ ਉਧਰਲੇ ਪਾਸੇ ਹੋਰ ਸਮਾਨ ਦਿਖਾਉਣੇ ਆ ਪਿੰਜਰੇ ਪੁੰਜਰੇ ਕਾਫੀ ਕੁਝ ਬਣਾਉਂਦੇ ਆ ਬਾਈ ਹੁਣੀ ਬਹੁਤ ਤਕੜਾ ਕੰਮ ਹੈ ਜੀ ਤੇ ਇਧਰਲੇ ਪਾਸੇ ਜਿਵੇਂ ਆ ਪਿੰਜਰੇ ਬਣਾਉਣੇ ਹੋ ਜੀ ਕੁੱਤੇ ਕੱਤਿਆਂ ਵਾਲੇ ਜਾਂ ਹੋਰ ਵੀ ਇਹ ਪਿੰਜਰਾ ਕੁੱਤੇ ਵਾਸਤੇ ਬਣਦਾ ਜੀ ਜ਼ਿਆਦਾ ਠੀਕ ਹੈ ਜੀ ਤੇ ਵੈਸੇ ਜਿਹੜੇ ਅੱਜ ਕੱਲ ਲੋਕ ਪਸ਼ੂ ਪਾਲਦੇ ਆ ਨਾ ਹਾਂਜੀ ਤੇ ਬੱਛੀਆਂ ਵਾਸਤੇ ਵੀ ਆਪਾਂ ਤਿਆਰ ਕਰਦੇ ਨੇ ਪਿੰਜਰਾ ਬੱਛੀਆਂ ਵਾਸਤੇ ਵੀ ਉਹ ਵੱਡਾ ਹੁੰਦਾ ਇਦੋਂ ਬਸ ਸਾਈਜ਼ ਆ ਹੀ ਹੁੰਦਾ ਅੱਛਾ ਜੀ ਤੇ ਆ ਛੱਤ ਨਹੀਂ ਹੁੰਦੀ ਹੋਵੇ ਥੱਲੇ ਫੱਟੀ ਪੈ ਜਾਂਦੀ ਆ ਐ ਥੱਲੇ ਫੱਟੀ ਪੈ ਛੋਟਾ ਬੱਚੇ ਆ ਜਿੰਨੇ ਵੀ ਆਪਾਂ ਇਹਦੇ ਵਿੱਚ ਪਾਲ ਸਕਦੇ ਆ ਉਹਨਾਂ ਦੇ ਵਿੱਚ ਵਧੀਆ ਪਸ਼ੂ ਬਣਦੇ ਠੀਕ ਹੈ ਜੀ ਠੀਕ ਹੈ ਜੀ ਤੇ ਅੱਗੇ ਜਿਵੇਂ ਆ ਬਈ ਟਰੈਕਟਰ ਆ ਨਾ ਛੋਟੇ ਬੱਚਿਆਂ ਦੇ ਵਾਲੇ ਤੇ ਇਹਦਾ ਕੀ ਆ ਟਰੈਕਟਰ ਦਾ ਕੀ ਰੇਟ ਹੋਊਗਾ ਜੀ ਆ ਟਰੈਕਟਰ ਦੀ ਗੱਲ ਕਰੀਏ ਇਹ ਟਰੈਕਟਰ ਸਾਡਾ ਹੈਗਾ ਸਮੇਤ ਡੈਕ 2800 ਰੁਪਏ ਦਾ ਅੱਛਾ ਸਮੇਤ ਡੈਕ ਬਿਨਾਂ ਡੈਕ ਤੋਂ 2200 ਰੁਪਏ ਦਾ ਬਿਨਾਂ ਡੈਕ ਤੋਂ 2200 ਆ ਬਈ ਡੈਕ ਵੀ ਲਾਇਆ ਹੋਇਆ ਡੈਕ ਚੱਲਦਾ ਕੀਤਾ ਪੂਰਾ ਜਮਾ ਹਾਂ ਡੈਕ ਚੱਲਦਾ ਜੀ ਡੈਕ ਚੱਲਦਾ ਮਿੱਤਰੋ ਦੇਖ ਸਕਦੇ ਹੋ ਤੁਸੀਂ ਤੇ ਪੂਰਾ ਘੈਂਟ ਮੰਨ ਕੇ ਚਲੋ ਟਰੈਕਟਰ ਬਣਾਇਆ ਹੋਇਆ ਨਾਲ ਟਰਾਲੀ ਵੀ ਹੈ ਜੀ ਟਰਾਲੀ ਇਹ ਅਲੱਗ ਰੇਟ ਆ ਟਰਾਲੀ ਦਾ ਅਲੱਗ ਰੇਟ ਆ ਜੀ ਟਰਾਲੀ ਦਾ ਅਲੱਗ ਰੇਟ ਆ ਟਰਾਲੀ ਵੀ ਨਾਲ ਬਣਾਈ ਹੋਈ ਆ ਤੇ ਬਾਕੀ ਆ ਦੇਖੋ ਆ ਮੰਜੀ ਬਣਾਈ ਜੀ ਹਾਂਜੀ ਹਾਂਜੀ ਤੇ ਇਹਦਾ ਕੀ ਸਿਸਟਮ ਆ ਜੀ ਇਹ ਬੱਚੇ ਛੋਟੇ ਬੱਚੇ ਹੁੰਦੇ ਜੀ ਉਹਨਾਂ ਵਾਸਤੇ ਆਪਾਂ ਡਾਹ ਸਕਦੇ ਆ ਤੇ ਜਿੱਥੇ ਮਰਜ਼ੀ ਇਹਨੂੰ ਵਰਤੋਂ ਚ ਲੈ ਲਓ ਹੌਲੀ ਚੀਜ਼ ਆ ਬਜ਼ੁਰਗਾਂ ਨੇ ਬਾਹਰ ਧੁੱਪੇ ਬੈਠਣਾ ਉਹ ਲਿਜਾ ਕੇ ਕੱਢ ਕੇ ਬਹਿ ਸਕਦਾ ਜੀ ਜੀ ਮੰਨ ਕੇ ਚਲੋ ਇੱਕ ਬੰਦੇ ਆ ਦੋ ਬੰਦੇ ਦਾ ਆਰਾਮ ਨਾਲ ਬਹਿ ਜਾਂਦੇ ਦੋ ਬੰਦੇ ਦੇ ਬੈਠਣ ਲਈ ਬਹੁਤ ਵਧੀਆ ਕੀਮਤ ਇਹਦੀ ਜ਼ਿਆਦਾ ਨਹੀਂ 800 ਰੁਪਏ ਕੀਮਤ ਰੱਖੀ ਹੈ ਨਾਰਮਲ ਬਿਲਕੁਲ ਬਿਲਕੁਲ ਨਾਰਮਲ ਕੀਮਤ ਆ ਜੀ 800 ਰੁਪਏ ਦੇ ਵਿੱਚ ਆ 800 ਰੁਪਏ ਦੀ ਖਰੀਦ ਸਕਦੇ ਹੋ ਬਾਕੀ ਕਈ
ਠੀਕ ਹੈ ਜੀ ਤੇ ਇਹਦੀ ਕੀਮਤ ਕੀ ਹੋ ਗਈ ਹੈ ਇਹਦੀ ਮਾਨੇ ਇਹ 250 ਰੁਪਏ ਦਾ ਹੁੰਦਾ ਜੀ ਅੱਛਾ ਇਹ 250 ਦਾ ਹਾਂ ਕੀਮਤ ਬਈ ਸਾਰੇ ਕੰਮ ਦੀ ਜਾਇਜ਼ ਹੀ ਹੈ ਜੇ ਵੱਡੀਆਂ ਕੰਪਨੀਆਂ ਤੋਂ ਆਪਾਂ ਖਰੀਦਦੇ ਆ ਤਿੱਗਣੀ ਚੌਗਣੀ ਕੀਮਤ ਲੱਗਦੀ ਆ ਪਰ ਇੱਥੇ ਚੀਜ਼ ਵੀ ਵਧੀਆ ਮਿਲੂਗੀ ਤੇ ਕੀਮਤ ਵੀ ਤੁਹਾਨੂੰ ਜਾਇਜ਼ ਹੈ ਜੀ ਹਾਂ ਜੀ ਤੇ ਬਾਕੀ ਗੱਲ ਕਰੀਏ ਜੀ ਇਧਰਲੇ ਪਾਸੇ ਆਪਣੇ ਆਹ ਚਕਲਾ ਵੇਲਣਾ ਆ ਗਿਆ ਚਕਲਾ ਆ ਗਿਆ ਜੀ ਆ ਮਧਾਨੀ ਰੱਖਣ ਵਾਲਾ ਜੀ ਅੱਛਾ ਇਹਦੇ ਵਿੱਚ ਮੱਖੀਆਂ ਮੱਛਰ ਤੋਂ ਬਚਾਉਣ ਵਾਸਤੇ ਇਹਦੇ ਵਿੱਚ ਮਧਾਨੀ ਰੱਖੀ ਜਾਂਦੀ ਹੈ ਅੱਛਾ ਜੀ ਮਧਾਨੀ ਰੱਖੀ ਜਿਹੜੇ ਉਹ ਕਿ ਦਿਖਾ ਦੀ ਬਾਈ ਇਧਰਲੇ ਪਾਸੇ ਦਿਖਾ ਦੀ ਆ ਮਧਾਨੀ ਰੱਖਣ ਵਾਲਾ ਬਣਾਇਆ ਵਾ ਇਹਦੀ ਕੀ ਕੀਮਤ ਆ ਜੀ ਇਹ 250 ਰੁਪਏ ਦਾ ਤੇ 300 ਰੁਪਏ ਦਾ ਦੋ ਤਿੰਨ ਸਾਈਜ਼ ਬਣਾਉਨੇ ਆ ਠੀਕ ਆ ਜੀ ਜਿਵੇਂ ਹੌਲਾ ਭਾਰਾ ਬਣਿਆ ਹੋਵੇ ਉਹ ਜਿਹਾ ਰੇਟ ਬਣ ਜਾਂਦਾ ਉਹ ਜਿਹਾ ਰੇਟ ਬਣ ਜਾਂਦਾ ਇਧਰਲੇ ਪਾਸੇ ਚੁੱਲ੍ਹੇ ਵਗੈਰਾ ਵੀ ਬਣਾਉਂਦੇ ਆ ਜੀ ਤੇ ਚੁੱਲ੍ਹੇ ਵਗੈਰਾ ਤੇ ਇਹ ਵੀ ਚੁੱਲ੍ਹੇ ਦਾ ਵੀ ਜਿਵੇਂ ਆਹ ਆ ਗਿਆ ਜੀ ਇਹਦਾ ਰੇਟ ਵਗੈਰਾ ਕੀ ਹੋਊਗਾ ਜੀ ਛੋਟਾ ਵੱਡਾ ਜਾਂ ਜਿਹੜਾ ਚੁੱਲ੍ਹਾ ਜੀ ਹਾਂਜੀ ਇਹ ਪੈਂਦਾਗਾ 900 ਹਜ਼ਾਰ ਇੱਥੇ ਜੇ ਆਈਡੀਆ ਦਾ ਰੇਟ ਆ ਠੀਕ ਹੈ ਜੀ ਜਿਹੜੀ ਚੌਰਾ ਚੌਰਾ ਗਈ ਇਹ 1500 ਤੋਂ ਸਟਾਰਟ ਹੋ ਜਾਂਦੀ ਆ ਤੇ ਉਦੋਂ ਦਾ 3500 4000 ਤੱਕ ਬਣਾ ਸਕਦੇ ਹੋ 3500 4000 ਹਾਂਜੀ ਆਰਡਰ ਤੇ ਵੀ ਚੀਜ਼ ਤਿਆਰ ਕਰ ਦੋ ਜੇ ਬੰਦਾ ਕਹੇ ਵੀ ਆਹ ਜਿਵੇਂ ਆ ਚੌਰਾ ਇਦੂ ਅਸੀਂ ਵੱਡੀ ਬਣਾਉਣੀ ਉਹ ਵੀ ਬਣਾ ਸਕਦੇ ਹਾਂਜੀ ਠੀਕ ਹੈ ਜੀ ਆਰਡਰ ਤੇ ਮਿੱਤਰੋ ਤਿਆਰ ਹੁੰਦੀ ਆ ਆ ਨਹੀਂ ਤਿਆਰ ਕਰੀਏ ਜੀ ਠੀਕ ਹੈ ਜੀ ਇਹ ਨਾਲੇ ਦਾ ਪੁਰਾਣਾ ਸੱਭਿਆਚਾਰ ਆ ਹਾਂਜੀ ਤੇ ਨਾਲੇ ਇੱਕ ਪਾਸੇ ਦਾ ਰੜਕਣਾ ਟਿਕ ਜਾਂਦਾ ਇੱਕ ਪਾਸੇ ਮਧਾਨੀ ਟਿਕ ਜਾਂਦੀ ਦੋਨੇ ਕੰਮ ਦਿੰਦੀ ਹੈ ਅੱਛਾ ਇਹ ਬਣਾਈਏ ਨੇੜੇ ਹੋ ਕੇ ਦਿਖਾਈ ਬਾਈ ਤੇ ਇਹ ਮੰਨ ਕੇ ਚਲੋ ਦੁਬਾਰਾ ਦੱਸੋ ਵੀ ਕਾਦੇ ਕੰਮ ਆਉਂਦੀ ਹੈ ਇਹ ਨਹੀਂ ਆ ਜੀ ਨਹੀਂ ਇੱਕ ਪੁਰਾਣੇ ਬਜ਼ੁਰਗ ਜਾਣਦੇ ਇਹਦੇ ਬਾਰੇ ਠੀਕ ਹੈ ਜੀ ਨਹੀਂ ਕਹਿੰਦੇ ਇਹਨੂੰ ਠੀਕ ਹੈ ਜੀ ਹਾਂਜੀ ਤੇ ਇਹਦਾ ਕੀ ਰੇਟ ਹੋਊਗਾ ਜੀ ਇਹ 1000 ਰੁਪਏ ਦੇ ਵਿੱਚ ਚੱਲਦੀ ਹੈ ਜੀ ਉਹ ਤੋਂ 100-200 ਵੱਧ ਵੀ ਜਾਂਦੀ ਤੇ ਘਟ ਵੀ ਜਾਂਦੀ ਅੱਛਾ 1000 ਰੁਪਏ ਠੀਕ ਹੈ ਜੀ ਤੇ ਬਾਕੀ ਆ ਇਧਰਲੇ ਪਾਸੇ ਛੋਟੇ ਮੋਟੇ ਕੰਮ ਆ ਪੱਥਰ ਵਾਲੀ ਮਸ਼ੀਨ ਹੈ ਜਿਹੜੀ ਤੁਸੀਂ ਪਹਿਲਾਂ ਦਿਖਾ ਚੁੱਕੇ ਆ ਠੀਕ ਹੈ ਜੀ ਜਿਹੜੀ ਉੱਥੇ ਦਿਖਾਈ ਹੈ ਪਹਿਲਾਂ ਹਾਂ ਠੀਕ ਹੈ ਜੀ ਇਹ ਕਿਵੇਂ ਕੀ ਕੰਮ ਆਉਂਦੀ ਹੈ ਜੀ ਇਹ ਐ ਹੁੰਦਾ ਜੀ ਇਹਦੇ ਇੱਥੋਂ ਨੱਪ ਦੇ ਗੋਹੇ ਤੇ ਧਰ ਕੇ ਠੀਕ ਆ ਤੇ ਆ ਤਾਂ ਜਰ ਜਾਂਦਾ ਅੱਛਾ ਇੱਥੋਂ ਜਾ ਕੇ ਇਧਰੋਂ ਨੱਪ ਦੇ ਪਾਥੀ ਬਾਹਰ ਆ ਜਾਂਦੀ ਪਾਥੀ ਬਾਹਰ ਆ ਠੀਕ ਹੈ ਜੀ ਇਹ ਵੀ ਜਮਾਂ ਗੱਲਬਾਤ ਆ ਤੇ ਇਧਰਲੇ ਪਾਏ ਜਿਵੇਂ ਆਪਾਂ ਕੋਈ ਚੀਜ਼ ਮੰਨ ਕੇ ਚਲੋ ਜਾਲੇ ਜੂਲੇ ਝਾੜਨ ਲਈ ਜਾਂ ਕੋਈ ਪੱਖਾ ਪੁੱਖਾ ਲੋਡ ਕਰਨ ਲਈ ਆਪਾਂ ਬਣਾਉਣੇ ਨੇ ਉਸ ਕੰਮ ਲਈ ਜਾਣਾ ਜੀ ਹਾਂ ਇਹ ਘੋੜੀ ਪੌੜੀ ਆ ਜੀ ਘੋੜੀ ਬਣਾਈਏ ਆਪਾਂ ਮੇਜ ਮੂਜ ਰੱਖ ਲੈਨੇ ਹੁੰਨੇ ਆ ਤੇ ਉਹ ਤੋਂ ਥੋੜਾ ਜਿਹਾ ਡਰ ਰਹਿੰਦਾ ਤੇ ਨਿਹਰਾ ਹੀ ਲੋਹਾ ਮਿੱਤਰੋਂ ਤੇ ਉਹ ਬਣਾਇਆ ਬਾਈ ਇਹਦਾ ਕਿਹਦੀ ਕੀ ਰੇਟ ਹੋਊਗਾ ਜੀ ਦਾ ਇਹ 600 ਰੁਪਏ ਦਾ ਹੁੰਦਾ ਜੀ ਠੀਕ ਹੈ ਜੀ ਬਾਕੀ ਆ ਹੁੰਦਾ ਨਾ ਸਾਡੇ ਕੋਲ ਰੇਟ ਆ ਬਣਾਉਂਦੇ ਕਰਕੇ 500 ਚ ਵੀ ਮਿਲ ਜਾਂਦਾ ਇਹ 700 ਚ ਵੀ ਮਿਲ ਜਾਂਦਾ ਜਿਹੋ ਜਿਹਾ ਮਰਜ਼ੀ ਬਣਵਾਓ ਉਹ ਜਿਹਾ ਬਣ ਜਾਣਾ ਉਹ ਜਿਹਾ ਬਣ ਜਾਂਦਾ ਇਹ ਤੁਹਾਡੇ ਤੇ ਸਿਰਫ ਜੇ ਮੰਨ ਕੇ ਚਲੋ ਉਹ ਜਿਹਾ ਕਹਿਣਾ ਤਾਂ ਹੋ ਜਾਣਾ ਇਹਦੇ ਨਾਲ ਭੱਠੀ ਹੈਗੀ ਦੱਸੋ ਆਹ ਗੀਜ਼ਰ ਆ ਜੀ ਠੀਕ ਹੈ ਜੀ ਇਹ ਪਾਥੀ ਵਾਲਾ ਗੀਜ਼ਰ ਆ ਠੀਕ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਲਾਈਟ ਆ ਜਿਹੜੀ ਆ ਉਹ ਮਹਿੰਗੀ ਹੋਣ ਦੇ ਬਾਵਜੂਦ ਬਹੁਤ ਵਧੀਆ ਆਪਣੇ ਦੇਸੀ ਜਗਾੜ ਆ ਇਹ ਹਾਂਜੀ ਤੇ ਇਹਦੇ ਵਿੱਚ ਬਾਲਣ ਸਿੱਟ ਦਿਓ ਥੋੜੇ ਜਿਹਾ ਬਾਲਣ ਦੇ ਨਾਲ ਪਾਣੀ ਗਰਮ ਹੋ ਜਾਣਾ ਥੋੜੇ ਜਿਹਾ ਬਾਲਣ ਦੀ ਲੋੜ ਪੈਂਦੀ ਨਾ ਕੋਈ ਬਿਜਲੀ ਦਾ ਖਰਚਾ ਨਾ ਕੋਈ ਹੋਰ ਹਨਾ ਜੀ ਬਾਕੀ ਇਹਦੀ ਗਾਰੰਟੀ ਆ 1 ਸਾਲ ਦੀ ਗਾਰੰਟੀ ਆ ਕੋਈ ਗੱਲਬਾਤ ਹੋਵੇ 1 ਸਾਲ ਦੇ ਵਿੱਚ ਇਹਨੂੰ ਸੈੱਟ ਕਰਕੇ ਦੇਵਾਂਗੇ 1 ਸਾਲ ਦੇ ਵਿੱਚ ਸੈੱਟ ਕਰਕੇ ਦੇਣਗੇ ਤੇ ਇਹ ਗਾਰੰਟੀ ਹੈ ਬਾਕੀ ਇਧਰਲੇ ਬਾਏ ਮੰਜੇ ਬੌਣ ਦਾ ਵੀ ਇਹਨਾਂ ਦਾ ਹੈਗਾ ਜੀ ਮੰਜੇ ਮੁੰਜੇ ਪਾਉਂਦੇ ਆ ਆਹ ਬਣਾਉਂਦੇ ਆਪਣੇ ਪੀੜੀਆਂ ਪੂੜੀਆਂ ਸਾਰੇ ਗੱਲਬਾਤ ਆ ਜੀ ਆਹ ਟੋਕਾ ਤਿਆਰ ਕੀਤਾ ਜੀ ਜੀ ਇਹ ਨਾਰਮਲ ਟੋਕਾ ਇਹਦੀ ਕੀਮਤ ਆ ਸਾਰੀ 17000 ਰੁਪਇਆ ਮੂਰੇ ਪੁਲੀ ਪੈਣੀ ਇਧਰ ਮੋਟਰ ਲੱਗਣੀ ਮੋਟਰ ਤੋਂ ਬਗੈਰ ਹੁੰਦਾਗਾ ਮੋਟਰ ਤੋਂ ਬਗੈਰ 17000 ਹਾਂਜੀ ਮੋਟਰ ਬਾਹਰੋਂ ਵੀ ਲਗਵਾ ਸਕਦੇ ਆ ਮੋਟਰ ਬਾਹਰੋਂ ਆਪ ਦੀ ਵੀ ਲਿਆ ਸਕਦਾ ਅਗਲਾ ਫਿੱਟ ਕਰ ਦਿਆਂਗੇ ਜੀ ਜੀ ਤੇ ਆਪਣੇ ਤੋਂ ਲਵਾਉਣੀ ਆਪਾਂ ਵੀ ਲਾਣੇ ਠੀਕ ਹੈ ਜੀ ਬਾਕੀ ਇਹ ਇੰਨਾ ਜਿਹੜਾ ਟੋਕਾ ਜੀ ਦਾ 17000 ਜੀ ਹਾਂਜੀ 17000 ਰੁਪਇਆ ਰੇਟ ਆ ਤੇ ਬਾਕੀ ਮੋਟਰ ਇੱਥੇ ਲੱਗੂਗੀ ਮੋਟਰ ਜੇ ਤੁਸੀਂ ਬਾਹਰੋਂ ਲਿਆਉਂਗੇ ਤਾਂ ਇੱਥੇ ਫਿੱਟ ਕਰ ਦੇਣਗੇ ਜੇ ਨਹੀਂ ਮੋਟਰ ਤਾਂ ਤੁਸੀਂ ਬਾਹਰੋਂ ਵੀ ਕਿਤੇ ਲਵਾ ਸਕਦੇ ਹੋ ਨਾ ਜੀ ਤੇ ਬਾਕੀ ਅੱਗੇ ਦਿਖਾਓ ਜੀ ਕੀ ਕੀ ਆਪਣੇ ਆਹ ਚੱਕੀ ਆ ਜੀ ਅੱਛਾ ਇਹ ਨਾਲੇ ਦਾ ਦੇਸੀ ਸੱਭਿਆਚਾਰਕ ਆਪਣਾ ਆਪਦਾ ਜੀ 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 ਠੀਕ ਹੈ ਜੀ ਹਾਂਜੀ ਤੇ ਨਾਲੇ ਇਹਦੇ ਨਾਲ ਤੁਸੀਂ ਘਰੇ ਆਪਣੀ ਦਾਲ ਦੂਲ ਆ ਛੋਲਿਆਂ ਦੀ ਹੋ ਗਈ ਮੂੰਗੀ ਹੋ ਗਈ ਆਪਦੀ ਘਰੇ ਹੀ ਦਾਲ ਲਓ ਘਰੇ ਹੀ ਦਾਲ ਲੋੜ ਅਨੁਸਾਰ ਦਾਲ ਹਾਂਜੀ 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 ਫਿਰ ਇੱਕ ਨੰਬਰ ਆ ਇਹ ਜਾਨੀ ਕਿ ਜੇ ਆਪਾਂ ਬਾਜ਼ਾਰੋਂ ਲਿਆਉਣਾ ਕੀ ਪਤਾ ਕਾਹਦਾ ਵਾਲਾ ਇਹ ਜਦੋਂ ਘਰੇ ਤਿਆਰ ਕਰ ਲਈਏ ਤੇ ਨਾਲ ਦਾ ਸਵਾਦ ਹੈ ਨਹੀਂ ਪੰਜਾਬੀਆਂ ਵਾਲਾ ਸਵਾਦ ਆ ਇਹ ਸਹੀ ਗੱਲ ਹੈ ਹਾਂਜੀ ਇਹ ਬਹੁਤ ਵਧੀਆ ਬਹੁਤ ਵਧੀਆ ਚੀਜ਼ ਹੈ ਇਹਦਾ ਕੀ ਰੇਟ ਸੋ ਮਿਲ ਜੂਗੀ ਇਹ 3500 ਤੋਂ 4000 ਰੁਪਏ ਦੇ ਵਿੱਚ ਕੰਪਲੀਟ ਤੇ ਜੇ ਕੱਲਾ ਉਤਲਾ ਜਗਾੜ ਬਣਵਾਉਣਾ ਫਿਰ 1500 ਤੋਂ 2000 ਤੱਕ ਜਿਹੇ ਜਾ ਕੋਈ ਬਣਾਉਂਦਾ ਚਾਹੁੰਦਾ ਉਹ ਜਿਹਾ ਬਣਾ ਦੇ ਇਧਰਲੇ ਪਾਸੇ ਇਹਨਾਂ ਦਾ ਜੀ ਸਾਰਾ ਉਹ ਹੈਗਾ ਜਿੱਥੇ ਤੇ ਤਿਆਰ ਕਰਦੇ ਆ ਤੇ ਬਾਕੀ A to Z ਇਹਨਾਂ ਦੇ ਕੋਲੋਂ ਚੀਜ਼ ਤਿਆਰ ਮਿਲੂਗੀ ਜੇ ਖੜਾਉਣੇ ਵੀ ਜੋ ਬੱਚਿਆਂ ਵਾਲੇ ਖੜਾਉਣੇ ਵੀ ਮਿਲ ਜਾਣਗੇ ਟਰੈਕਟਰ ਵਗੈਰਾ ਹੋਗੇ ਆ ਦੇਖੋ ਟਰਾਲੀਆਂ ਵਗੈਰਾ ਸਾਰਾ ਕੁਝ ਹੈ ਜੀ ਆਹ ਆਪਾਂ ਪੰਪ ਤਿਆਰ ਕਰਿਆ ਜੀ ਅੱਛਾ ਇਹਦਾ ਕੀ ਰੋਲ ਹੈ ਜੀ ਇਹ ਗੱਡੀ ਧੋਣੀ ਆ ਅੱਛਾ ਪਸ਼ੂ ਨਮਾਉਣੇ ਆ ਤੇ ਫਰਸ਼ਾਂ ਧੋਣੀਆਂ ਸੀਸੇ ਧੋਣੇ ਆ ਅੱਛਾ ਘੱਟ ਪਾਣੀ ਦੇ ਨਾਲ ਆਪਾਂ ਧੋ ਸਕਦੇ ਆ ਠੀਕ ਹੈ ਜੀ ਬਾਕੀ ਇਹ ਚੀਜ਼ ਬਹੁਤ ਵਧੀਆ ਇਹਦੀ ਪਾਈਪ ਆ ਜਿੰਨੀ ਤੁਹਾਨੂੰ ਲੋੜ ਆ ਉਨੀ ਛੱਡ ਲਓ ਸਕਦੇ ਆ ਆਪਾਂ ਠੀਕ ਆ ਇਉਂ ਨਹੀਂ ਵੀ ਸਾਰੀ ਪਾਈਪ ਖਿੰਡਲ ਦੀ ਫਿਰਦੀ ਉਹ ਕਿੱਲੇ ਤੇ ਟੰਗਾਂਗੇ ਇਹ ਜਿੰਨੀ ਲੋੜ ਆ ਉਨੀ ਛੱਡ ਲਓ ਇਹ ਮਿੱਤਰੋ ਗੱਡੀ ਧਵਾਉਣ ਲਈ ਜਾਂ ਤੁਹਾਨੂੰ ਕੋਈ ਮੰਨ ਕੇ ਚਲੋ ਗੱਡੀ ਧਵਾਉਣ ਲਈ ਪਸ਼ੂ ਪਸ਼ੂ ਨੂੰ ਧਵਾਉਣ ਲਈ ਜਾਂ ਗਾਵੇਂ ਗੱਡੀ ਧਵਾਉਣ ਲਈ ਆਪਾਂ 12 ਰੁਪਏ ਦਿੰਨੇ ਆ ਉਹ ਦੇਣ ਦੀ ਲੋੜ ਨਹੀਂ ਹੈ ਨਾ ਜੀ ਪ੍ਰੈਸ਼ਰ ਹੈਗਾ ਕੀ ਇਹਦਾ ਰੇਟ ਰੂਟ ਹੈ ਜੀ ਇਹਦੀ ਕੀਮਤ ਆ ਜੀ 16000 ਰੁਪਇਆ ਠੀਕ ਆ ਉਸ
तो वर्कशॉप है इन्हों की इधरले पास सारा समान आ गया आ भी रड़कना रखने वास्ते आ ठीक है जी ये गर्मी की आइटम बिल्ली तो बिच रख सकते हैं रड़कना ये अच्छा जी बिल्ली डोल दी नहीं गी ठीक है जी तो देख सकते मैं नेड़े हो गए दिखा दी भाई ये रड़कना रख लो उस तो बाद ढक्कन ला दो अच्छा बिल्ली तो बचा जी हाँ जी बिल्ली तो बचा मित्रों तो ये भी बहुत वधिया चीज तैयार की है जी इधरले पासे देख सकते हो घोड़िया गाड़िया भड्डिया भी तैयार करते हैं मन के चलो यार ए टू जेड चीज़ जी थोड़े दिमाग के आँदी है कोई लोहे की बनी वो इतने आ गए मन के चलो फोन लाने की भी लड़ नहीं इतने तुम आके चेक करो अच्छे थोड़ा मिल ही जानी 100% आ पठिया पुठिया आ गया जी घर ये खोली है जी प्लास्टिक के ड्रम की बढ़ के बनाने जी जी तो ये छोटे जानवर आ उन्होंने पठे भी पा सकते हैं हाँ जी पानी भी पा सकते हैं ये खराब नहीं होता ड्रम बहुत प्राइस यदि कीमत रखी है जी 2200 रुपये मित्रों बाकी ये भी बहुत वधिया पी है जी घेट गलबात है बाकी पिंजरा पुंजरा मेन काम है जी उधरले पास देख सकते उधरले पास काम चली जाता तो आम चीज़ जिम्मे बनाए थी अपना प्रेशर बनाया थी आम चीज़ बनाने किन्ना क टाइम लग जाए प्रेशर आया ड्रम हाँ जी टाइम तो कोई एक दिहाड़ी का काम होता है जी कोई भी तुम ऑर्डर पहला फोन पर दे सकते हैं ठीक है एक दिहाड़ी के करके तुम तैयार दे देंगे जी इधरले पास माड़ा दिखा दी भाई एक बार है ना इधरले पास चली जाता बना आइटम बनी जा है ना जिमें ले आई जाओगे उन्नी ही बनी जानी है तो देख लो ना भट्ठिया भुट्ठिया सारा कुछ वो दूर तक बनी जाता जी तो बाकी आ गीजर बने बहुत वधिया चादर लाने जापानी चादर लगी हुई अच्छा वाली हाँ जी ठीक है जी तो रीपर आ गया हाँ जी तो बहुत वधिया तो बहुत घेंट चीज़ा बन रही जी आज हम तुम्हें बहर दिखा दें बहरों तो आ मुंडा गीजर बना जाता इधर ठीक है जी इधरले पास दिखा दी बी चादर चूदर ला के गीजर बन रहा पूरा वधिया ट्राई करके आओ भी होर पासों पुछ के बाद जो इत्थे आओ तो रेटा दे विच बहुत ज्यादा फर्क मिलेगा सो पहला हुण वीडियो नूं दब के शेयर कर दो जी ते अगे भी पहला अपने वीडियो पाईआं होईआं इधरले पासे सारी सारा सिस्टम आ गया जी ये रेहड़ी बनाई है जी ठीक है जी गोहा सुटने वास्ते हाँ जी पट्ठे पुट्ठे अपने नेड़े न्याई कोई वह भी लिया सकते हैं जी यदि कीमत 2200 रखी आ 1800 का स्टार्ट आ जी तो 2200-2400 तक जावड़ दी 2200-2400 तक हाँ जी इधरले पासे वही पिंजरे पुंजरे आ गए जी आ की सिस्टम बनाया ये छोटे बच्चों का झूला जी अच्छा जी असं आखिया भी छोटे बच्चों का हम काम कह दो छड़ के बिच सही गल है उन्होंने भी तैयार कर दिए है ना ठीक है जी आज दिखाई बी नेड़े होकर ये की रेट च मिल जूगा जी अपना ये 1200 रुपये का जी 1200 हाँ ठीक है बाकी मैं तो देख लो तुम सारा कुछ ए टू जेड बना आलू गंढा का टोकरा बना वा अच्छा हाँ ठीक है जी ये भी दिखा दी आलू पालो गंढे पालो खराब नहीं होंगे गे तो जल के चार सवेरे हवा लेंदी है जी आ भी मित्रों हाँ किमें घा घा कुट कट्ट वाला बनाया ये घा कट्ट वाली मशीन है जी ठीक है जी ये किमें है जे मैनुअल है जे की सिस्टम है हाँ इनू घा कट्टना का तो ये जिम्मे मर्जी कट लो थोड़ा प्लांट लगे होंगे अपने एक तो खराब नहीं होंगी गी हाँ जी तो जिम्मे मोटर वाली आ लाइट भी चाहिए आ खराब होने का भी खतरा इन खुराक खरूब नहीं होंगी जिम्मे मर्जी कुछ कट की रेट मिल जूगी ये मूहे बक्सा लग जाता इधर साइड से घा बक्से सीटी जाती है ठीक है काम वधिया कर दी बहुत वधिया काम लो मित्रों तो ये सारा समान है जी सो हम दब के एक बार लोकेशन बोल बाकी स्प्रे पंपा का काम भी करते हैं आप दिखाओ जी लो जी हम थोड़ा स्प्रे पंप भी दिखा दें आ देखो आ बैटरी वाला ठीक है इंजन वाला आ गया हाँ जी ठीक है ना आ सारे पे आ ट्रैक्टर वाला इंजन वाला बैटरी वाला सारा आप बेचते भी हाँ तो इन्हें रिपेयर भी फुल बटा फुल करते हैं इन्हें रिपेयर भी होंगे हाँ ठीक है जी सो मित्रों जिहड़ा भी थोड़ा मैं बार बार दस रहा भी जिहड़ा भी थोड़ा चीज़ चाहिए तुम इतने आ जाओ ए टू जेड थोड़ा चीज़ मिल जूगी खेतीबाड़ी संबंधित नाल तो खास करके मंजे दिखा दे गांव के जी मंजे वही दिखा दी भाई मंजे भी तैयार करते हैं देखो तो बाकी देख सकते हो सारिया चीज़ें एक बार थोड़ा दिखाती हैं जी तो बाकी एक बार दस दो जी अपने किड़े रोड से कितने पैदा ना ये बाजा खाना रोड जी ठीक है जी भगता भाईका ठीक है जी जिथे भूताला खूह लग्या हाँ जी वह पेंड है वह पेंड है ठीक है जी हाँ जी तो उत्थे इन्हां दी लोकेशन है जी बाजा खाना रोड से जे आप मन के चलो उधरों आने ना जी बरनाले
ठीक है जी। सो इन्हां दे भाई दब के शेयर कर दो वीडियो नूं, सो जिन्ने बंदे भी देख रहे हैं जिन्हें आना मैं लोकेशन बोलती है जी इत्थे आ सकदे हो, सो बहुत बहुत धन्यवाद। वाहिगुरु जी का खालसा, वाहिगुरु जी की फतह।